ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬਾ ਅਮਰਜੀਤ ਕੌਰ ਨੇ ਪਟਿਆਲਾ ਵਿਖੇ ਕਿਸਾਨੀ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕੀਤੀ ਜਦ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਮੇਤ ਸਮੂਹ ਪਾਰਟੀ ਲੀਡਰਾਂ ਦੀ ਖੂਬ ਆਲੋਚਨਾ ਕੀਤੀ। ਸਭ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਵਿਚਾਰੇ ਬੜੀ ਦੁਖੀ ਹੋ ਕੇ ਅੰਤ ਚ ਉਹਨਾਂ ਨੇ ਆਪਣੀ ਲੜਾਈ ਆਪ ਲੜਨੀ ਸ਼ੁਰੂ ਕਰਤੀ ਹੈ। ਉਹਨਾਂ ਨੇ ਸਾਰਿਆਂ ਨੂੰ ਦੇਖਿਆ, ਸਾਰੇ ਸਿਆਸਤ ਵਾਲਿਆਂ ਨੂੰ ਵੀ ਦੇਖ ਲਿਆ ਉਹਨਾਂ ਨੇ, ਕਿ ਕੋਸ਼ਿਸ਼ ਕੀਤੀ ਕਿ ਵੀ ਕੋਈ ਨਾ ਕੋਈ ਸਾਡੇ ਨਾਲ ਇਮਾਨਦਾਰੀ ਨਾਲ ਖੜ੍ਹਾ ਹੋਏਗਾ, ਪਰ ਨਿਰਾਸ਼ ਹੋ ਕੇ ਹੋਰ ਕੋਈ ਚਾਰਾ ਨਹੀਂ ਸੀ ਕਿਸਾਨ ਭਾਈਆਂ ਨੂੰ ਕਿ ਉੱਠ ਕੇ ਉਹ ਹੁਣ ਆਪ ਐਜੀਟੇਸ਼ਨ ਕਰ ਰਹੇ ਨੇ ਔਰ ਸੰਘਰਸ਼ ਕਰ ਰਹੇ ਨੇ ਕਿ ਉਹਨਾਂ ਦੀ ਆਵਾਜ਼, ਖਾਸ ਕਰਕੇ ਜਦੋਂ ਆ ਪਾਰਲੀਮੈਂਟ ਤੋਂ ਇਹ ਤਿੰਨ ਕੀ ਕਾਲਾ ਕਾਨੂੰਨ ਖੇਤੀਬਾੜੀ ਦੇ ਖਿਲਾਫ ਪਾਰਲੀਮੈਂਟ ਤੋਂ ਨਿਕਲਿਆ, ਉਸ 'ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਜਦੋਂ ਇਹ ਪਾਰਲੀਮੈਂਟ 'ਚ ਇਹਨਾਂ ਨੇ ਬਿੱਲ ਪਾਸ ਕਰਨ ਤੋਂ ਪਹਿਲਾਂ ਕਿ ਵੀ ਇਹਨਾਂ ਸਾਰਿਆਂ ਕਿਸਾਨ ਜਿੰਨੇ ਜਥੇਬੰਦੀਆਂ ਸੀ, ਯੂਨੀਅਨ ਵਾਲੇ ਸੀ, ਜਿੰਨੇ ਬੰਦੇ ਸੀ, ਵੀ ਉਹਨਾਂ ਦੀ ਵੀ ਸਲਾਹ ਮਸ਼ਵਰਾ ਲੈਣਾ ਬਣਦਾ ਸੀ। ਜਦੋਂ ਉਹਨਾਂ ਨੂੰ ਨਹੀਂ ਪੁੱਛਿਆ, ਉਹਨਾਂ ਨੇ ਦੇਖਿਆ ਜਿਹੜਾ ਇਹ ਕਾਨੂੰਨ ਆ ਗਿਆ ਇਹਨਾਂ ਦੇ ਖਿਲਾਫ, ਇਹਨਾਂ ਨੂੰ ਲੱਗਿਆ ਕਿ ਵੀ ਇਹ ਸਾਡੇ ਹੱਕ 'ਚ ਨਹੀਂ ਹੈ, ਤਾਂ ਉਹਨਾਂ ਨੇ ਆਵਾਜ਼ ਉਠਾਈ, ਤਾਂ ਉਹਨਾਂ ਨੂੰ ਇਹੀ ਸੀ ਮਹਿਸੂਸ ਕਿ ਵੀ ਜ਼ਰੂਰ ਸਾਡੀ ਸੁਣਾਈ ਹੋਏਗੀ। ਪਰ ਹਾਲੇ ਤੱਕ ਕਿ ਪਤਾ ਨਹੀਂ ਕਿੰਨੇ ਮਹੀਨਾ ਤਕਰੀਬਨ ਹੋ ਗਿਆ, ਪਤਾ ਨਹੀਂ ਇੰਨਾ ਚਿਰ ਹੋ ਗਿਆ ਕਿ ਹਾਲੇ ਤੱਕ ਉਹਨਾਂ ਦੀ ਕੋਈ ਸੁਣਾਈ ਨਹੀਂ ਹੋਈ।